सब तो पहले तो जिहड़े पत्रकार साडे उरे आए ने उन्हां दा धन्नवाद आ क्योंकि पत्रकारां दी यूनिटी दिखाउण दे लई बहुत वधिया उपराला सीगा जिहड़ा शहीद भगत सिंह प्रैस एसोसीएशन वल्लों कीता गया। दूसरी गल आ कि डीसी साहब नूं जिहड़े सारे जिलियां दे विच पूरे पंजाब दे 22 जिले ने इन्हां दे विच मंग पत्र दित्ते गए ने जिन्हां दे विच लिखा गया कि जो साडे फाजिलका दे पत्रकार ने दो सुनील सैन ते इक उन्हां दे मित्र होर ने उन्हां वल्लों जिहड़ियां खबरां लगाईआं गईआं सी तत्थां दे आधार ते खबरां लगाईआं गईआं सी लेकिन वकील जिहड़ी उत्थे दी एसोसीएशन सी उन्हां वल्लों नाल धक्का कीता गया। एसएसपी फाजिलका वालों जिहड़ा गलत परचा दर्ज किया गया सी सो इस करके उसके रोस वजों अज डिप्टी कमिश्नर्स नूं जिहड़े मंग पत्र दिते गए ने तां जो उन्हां नूं इंसाफ मिल सके। बाकी पत्रकारां दे उत्ते हमेशा ही जदों कदे इदां दी भीड़ पैंदी आ तां सारे पत्रकारां नूं इकट्ठे होना चाहीदा। सो अज जिहड़ा जिला मोहाली चंडीगढ़ ते पंचकूला जीरकपुर कुराली खरड़ दे पत्रकार सारे आए ने सारिआं दा बहुत धन्नवाद आ। सो असीं डिप्टी कमिश्नर साहब ने सानूं जिहड़ा भरोसा दित्ता कि जेकर किसी नाल कोई गलत कार्रवाई हुई आ तां तुहाडी जिहड़ी मंग पत्र दे राहीं मुख्यमंत्री पंजाब ते पंजाब दे गवर्नर साहिबान नूं इह जिहड़ी तुहाडी बेनती आ तुहाडा जिहड़ा मंग पत्र आ उह दित्ता जाऊगा। जेकर अगे मंग पत्र दित्ता जे इस तों बाद कोई कार्रवाई नहीं हुंदी तां आउण वाले दिनां दे विच जिहड़ा एसोसीएशन वल्लों प्रोग्राम दित्ता जाऊगा जिस दे विच जिहड़े दोषी बंदे ने जिन्हां ने गलत कीता पत्रकारां दे नाल उन्हां दे जिहड़े पुतले आ उह वी सारे जाणगे। सो ਸਾਡੇ ਚੇਅਰਮੈਨ ਨੇ ਟ੍ਰਾਈ ਸਿਟੀ ਦੇ ਗੁਰਮੁਖ ਸਿੰਘ ਵਾਲੀਆ ਜੀ ਸੋ ਇਹ ਵੀ ਹਾਂਜੀ ਵਾਲੀਆ ਜੀ ਮੈਂ ਇਹੀ ਕਹਿਣਾ ਚਾਹੂੰਗਾ ਦੇਖੋ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਪੱਤਰਕਾਰਾਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ ਹਨਾ। ਇਹ ਅੱਜ ਜਿਹੜਾ ਅਸੀਂ ਮੋਹਾਲੀ ਦੇ ਏਰੀਏ ਦੇ ਪੱਤਰਕਾਰ ਇਕੱਠੇ ਹੋਏ ਹਾਂ ਇਹ ਤੋਂ ਇੱਕ ਮਾਣ ਵੀ ਮਹਿਸੂਸ ਹੋਇਆ ਵੀ ਆਪਾਂ ਜਿਹੜੇ ਪੱਤਰਕਾਰ ਨਾਲ ਗਲਤ ਹੋਇਆ ਉਹਦੇ ਲਈ ਸਾਰੇ ਇਕੱਠੇ ਹੋਏ ਹਾਂ ਅਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜੇ ਤੁਸੀਂ ਇੱਕ ਪੱਖ ਨਾ ਸੁਣੋ ਜੇ ਕਿਸੇ ਪੱਤਰਕਾਰ ਨੇ ਕੋਈ ਖਬਰ ਲਾਈ ਹੈ ਉਹਨੇ ਪੂਰਾ ਪੱਖ ਸੁਣ ਕੇ ਖਬਰ ਲਾਈ ਹੈ ਉਹਦੀ ਪੂਰੀ ਗੱਲ ਸੁਣਨੀ ਸੀ ਉਹ ਤੋਂ ਪਰੂਫ ਲੈਣੇ ਸੀ ਸਬੂਤ ਲੈਣੇ ਸੀ ਅਤੇ ਉਹ ਆਪਣਾ ਪੱਖ ਰੱਖਦਾ ਉਹਨਾਂ ਨੇ ਕੀਤਾ ਵਕੀਲਾਂ ਦੀ ਯੂਨਿਟੀ ਹੋ ਗਈ ਅਤੇ ਉਹਨਾਂ ਨੇ ਇੱਕ ਪੱਤਰਕਾਰ 'ਤੇ ਉਹਨੂੰ ਦੋਸ਼ੀ ਕਰਾਰ ਦੇ ਕੇ ਪਰਚਾ ਦਰਜ ਕਰਤਾ ਜਦਕਿ ਇੱਦਾਂ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਸੀ ਅਤੇ ਉਹਦੇ ਖਿਲਾਫ਼ ਹੀ ਅਸੀਂ ਇਕੱਠੇ ਹੋ ਕੇ ਅੱਜ ਡੀ ਸੀ ਸਾਹਿਬ ਨੂੰ ਮਿਲੇ ਹੈ ਅਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਜਿਹੜਾ ਮੰਗ ਪੱਤਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਦਿੱਤਾ ਉਹਨਾਂ ਦੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਹੁੰਚੇ ਤਾਂ ਜੋ ਆਉਣੇ ਵਾਲੇ ਸਮੇਂ 'ਚ ਪੱਤਰਕਾਰਾਂ ਦੀ ਪੂਰੀ ਇੱਜ਼ਤ ਅਤੇ ਜੇ ਉਹ ਖਬਰ ਸਹੀ ਲਾਈ ਹੈ ਤਾਂ ਉਹਨੂੰ ਇਨਸਾਫ ਮਿਲੇ ਉਹਦੇ ਵਿੱਚ ਅਤੇ ਜਿਹੜਾ ਪਰਚਾ ਦਰਜ ਹੋਇਆ ਅਤੇ ਉਹਨੂੰ ਰੱਦ ਕੀਤਾ ਜਾਵੇ ਅਤੇ ਜੇ ਸੁਣਵਾਈ ਅਤੇ ਜਿਹੜੇ ਵਕੀਲਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਵਕੀਲਾਂ ਨੇ ਗਲਤ ਤਰੀਕੇ ਨਾਲ ਪਰਚਾ ਦਰਜ ਕਰਾਇਆ ਹੁਣ ਵਕੀਲਾਂ 'ਤੇ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਜਦੋਂ ਨਜਾਇਜ਼ ਪਰਚਾ ਕਿਸੇ 'ਤੇ ਹੁੰਦਾ ਤਾਂ ਉਹਦੀ ਫੈਮਿਲੀ ਨੂੰ ਉਹਨੂੰ ਆਪ ਨੂੰ ਸਾਰਿਆਂ ਨੂੰ ਭੁਗਤਣਾ ਪੈਂਦਾ ਅਤੇ ਉਹਨੂੰ ਵੀ ਪਤਾ ਲੱਗੇਗਾ ਵੀ ਜੇ ਉਹ ਕੁਛ ਦਿਨ ਜੇਲ੍ਹ 'ਚ ਲਾ ਕੇ ਆਏ ਨੇ ਪੱਤਰਕਾਰ ਜੀ ਅਤੇ ਜਦੋਂ ਵਕੀਲ ਜੇਲ੍ਹ 'ਚ ਇੰਨੇ ਦਿਨ ਲਾਊਗਾ ਤਾਂ ਉਹਨੂੰ ਪਤਾ ਲੱਗੂਗਾ ਅਤੇ ਉਹਨਾਂ ਨੂੰ ਅਕਲ ਵੀ ਆਏਗੀ ਅਤੇ ਵੀ ਅੱਗੇ ਤੋਂ ਕਿਸੇ 'ਤੇ ਗਲਤ ਪਰਚਾ ਦਰਜ ਨਾ ਕੀਤਾ ਜਾਵੇ। ਇੱਕ ਲਾਸਟ ਗੱਲ ਹੋਰ ਕਹਿਣੀ ਚਾਹੁੰਦੇ ਹਾਂ ਜੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇਸ ਚੀਜ਼ ਦਾ ਮਾਣ ਮਹਿਸੂਸ ਕਰਦੀ ਆ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਜਾਂ ਕਿਸੇ ਇੱਕ ਯੂਨੀਅਨ ਦੇ ਨਾਲ ਜਾਂ ਇੱਕ ਕਲੱਬ ਦੇ ਨਾਲ ਨਹੀਂ ਸਾਰੇ ਪੱਤਰਕਾਰ ਸਾਡੇ ਨਾਲ ਆਏ ਨੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਤਾਂ ਸਾਨੂੰ ਇਸ ਗੱਲ ਦਾ ਬਹੁਤ ਮਾਣ ਜਿਹੜਾ ਮਹਿਸੂਸ ਹੋਇਆ ਕਿ ਸਾਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਮੰਗ ਪੱਤਰ ਨੇ ਦਿੱਤੇ ਗਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।